ਹਲਕਾ ਅਮਰਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਫਲੋਂਡ ਖੁਰਦ ਵਿਖੇ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਗੁਰਪ੍ਰੀਤ ਸਿੰਘ ਗੁਰੀ ਨੂੰ ਸਰਵਸੰਮਤੀ ਨਾਲ ਸਰਪੰਚ ਚੁਣੇ ਜਾਣ ਮਗਰੋਂ ਪਿੰਡ ਦੇ ਨੌਜਵਾਨਾਂ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਜਸ਼ਨ ਮਨਾਇਆ। ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਨੂੰ ਇਸ ਨੌਜਵਾਨ ਸਰਪੰਚ ਉੱਤੇ ਬਹੁਤ ਉਮੀਦਾਂ ਹਨ ਜੋ ਕਿ ਪਿੰਡ ਨੂੰ ਪੰਜਾਬ ਦਾ ਨੰਬਰ ਇੱਕ ਪਿੰਡ ਬਣਾ ਸਕਦਾ ਹੈ। ਜਗਤਾਰ ਸਿੰਘ ਦੀ ਰਿਪੋਰਟ। ਸਰਪੰਚ ਨੂੰ ਕਿਵੇਂ ਦੇਖਦੇ ਹੋ ਜਿਹੜੇ ਅੱਜ ਇਹ ਪਾਰਟੀ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ? ਬਹੁਤ ਵਧੀਆ, ਬਹੁਤ ਜ਼ਿਆਦਾ। ਪਹਿਲਾਂ ਵੀ ਪਿਛਲੇ ਵਾਰ ਵੀ ਇਹੀ ਸਰਪੰਚ ਸੀਗੇ, ਇਸ ਵਾਰ ਸਰਬਸੰਮਤੀ ਨਾਲ ਦੁਬਾਰੇ ਚੁਣਿਆ ਗਿਆ। ਬਹੁਤ ਵਿਕਾਸ ਹੋਇਆ ਗਾ, ਅੱਗੇ ਵੀ ਇਨ ਫਿਊਚਰ ਵੀ ਕਰਾਂਗੇ। ਇਹ ਨੌਜਵਾਨ ਮੁੰਡਾ ਹੈ, ਕਿੰਨੀ ਕੁ ਉਮਰ ਹੋਊਗੀ ਲਗਭਗ? ਅਪਰੋਕਸੀਮੇਟਲੀ ਕਹਿ ਲਈਏ 28 ਈਅਰਸ, 28 ਸਾਲ। ਕਿਵੇਂ ਦਾ ਲੱਗ ਰਿਹਾ ਤੁਹਾਨੂੰ? ਨਹੀਂ, ਬਹੁਤ ਵਧੀਆ ਹੈਗਾ। ਸਾਡੇ ਜਿਵੇਂ ਆਪਾਂ ਜਿੱਥੇ ਖੜ੍ਹੇ ਹਾਂ ਦੇਖਿਆ, ਇੱਥੇ ਟੋਭਾ ਹੁੰਦਾ ਸੀਗਾ ਪਹਿਲਾਂ, ਇਹਨੂੰ ਬੰਦ ਕੀਤਾ। ਪਹਿਲਾਂ ਬੱਚੇ ਦੀ ਵੀ ਇੱਕ ਡੈਥ ਹੋ ਗਈ ਸੀ ਇਹਦੇ ਵਿੱਚ, ਹੁਣ ਇੱਥੇ ਪਾਰਕ ਬਣਾਉਣ ਦਾ ਏਜੰਡਾ ਗਾ, ਵਧੀਆ ਹੋ ਜਾਊਗਾ ਸਾਰਾ ਵੱਡਾ। ਤੁਹਾਨੂੰ ਲੱਗਦਾ ਕਿ ਨੌਜਵਾਨ ਮੁੰਡਿਆਂ ਨੂੰ ਮੂਹਰੇ ਆਉਣਾ ਚਾਹੀਦਾ? ਬਿਲਕੁਲ ਸਹੀ ਆ, ਸਾਰੇ ਨੌਜਵਾਨਾਂ ਨੂੰ ਮੂਹਰੇ ਆਉਣਾ ਚਾਹੀਦਾ ਗਾ। ਬਾਕੀ ਸਾਡੇ ਪਿੰਡ ਦੇ ਵਿੱਚ ਅਸੀਂ ਰਲ ਮਿਲ ਕੇ ਸਾਰੇ ਜਣੇ ਕੰਮ ਕਰ ਰਹੇ ਹਾਂ, ਬਹੁਤ ਸਹੀ ਆ ਜੀ। ਕੀ ਨਾਮ ਹੈ? ਮੇਰਾ ਨਾਮ ਗੁਰਪ੍ਰੀਤ ਸਿੰਘ, ਫਲੋਂਡ ਖੁਰਦ ਪਿੰਡ ਮੌਜੂਦਾ ਸਰਪੰਚ, ਸਰਬਸੰਮਤੀ ਨਾਲ ਚੁਣਿਆ ਗਿਆ ਨੁਮਿੰਦਾ ਹਾਂ। ਮੈਂ ਕਿਹੜਾ ਉਰੇ ਪ੍ਰੋਗਰਾਮ ਕਰਾ ਰਿਹਾ, ਮੇਰੇ ਪਿੰਡ ਦੇ ਭੈਣ ਭਰਾ ਭਰਾਵਾਂ ਦਾ ਵੱਡਿਆਂ ਬਜ਼ੁਰਗਾਂ ਦਾ ਸਹਿਯੋਗ ਨਾਲ ਸਾਂਝ ਨਾਲ ਹੋ ਰਿਹਾ। ਪਹਿਲਾਂ ਗੁਰਦੁਆਰਾ ਸਾਹਿਬ ਭੋਗ ਵੀ ਪਾਏ ਗਏ ਨੇ, ਉਹ ਵੀ ਸਹਿਯੋਗ ਨਾਲ ਪਾਏ ਗਏ ਨੇ। ਪਿੰਡਾਂ ਘਰਦੀ ਨਾਲ ਸਮੂਹ ਪੰਚਾਇਤ ਦਾ ਬਹੁਤ ਜ਼ਿਆਦਾ ਸੰਯੋਗ ਆ, ਪਹਿਲਾਂ ਵਾਲੀ ਪੰਚਾਇਤ ਦਾ ਵੀ, ਹੁਣ ਕਿਹੜੀ ਹੈਗੀ ਆ ਉਹਦਾ ਵੀ। ਅਤੇ ਕਿਵੇਂ ਦੇਖਦੇ ਹੋ ਤੁਸੀਂ ਆਪਣੇ ਪਿੰਡ ਦੇ ਵਿਕਾਸ ਨੂੰ, ਕਿਵੇਂ ਦੇਖਦੇ ਹੋ ਕਿ ਜਿਵੇਂ ਹੁਣ ਪਹਿਲਾਂ ਤੁਸੀਂ ਵਿਕਾਸ ਕਰਾਇਆ? ਮੈਂ ਪਿੰਡ ਦਾ ਵਿਕਾਸ ਆਪਦੇ ਪਰਸਨਲੀ ਤੌਰ 'ਤੇ ਦੇਖਦਾ, ਕਿਵੇਂ ਆਪਦਾ ਆਪਾਂ ਪਰਿਵਾਰ ਦੇਖਦੇ ਹਾਂ, ਘਰ ਦੇਖਦੇ ਹਾਂ, ਉਵੇਂ ਮੈਂ ਪਿੰਡ ਦਾ ਵਿਕਾਸ ਦੇਖਦਾ। ਕੀ ਵਿਕਾਸ ਨੇ ਜਿਹੜੇ ਤੁਸੀਂ ਕਰਾ ਚੁੱਕੇ ਹੋ? ਮੈਂ ਟ੍ਰੀਟਮੈਂਟ ਪਲਾਟ ਲਵਾ ਚੁੱਕੇ ਹਾਂ, ਧਰਮਸ਼ਾਲਾ ਬਣਵਾ ਤੀਆਂ, ਜਿੰਮ ਲਿਆ ਤੀ, ਉਰੇ ਟੋਭਾ ਸੀਗਾ ਸਾਡੇ, ਆਹ ਬੰਦ ਕਰਕੇ ਇੱਥੇ ਪਾਰਕ ਦਾ ਚਲਾ ਰਿਹਾ ਪ੍ਰੋਜੈਕਟ, ਅਤੇ ਮੰਡੀ 'ਚ ਕੂੜਾਦਾਨ ਦਾ ਉਹ ਕਰਤਾ, ਅਤੇ ਹੋਰ ਕਿਹੜੇ ਵਿਕਾਸ ਗਰਾਊਂਡ ਬਣਾਤਾ, ਸਕੂਲ, ਬਹੁਤ ਜ਼ਿਆਦਾ ਕੰਮ ਨੇ। ਮਾਤਾ ਰਾਣੀ ਵਾਲੇ ਰਸਤੇ, ਬੱਚਿਆਂ ਦਾ ਵੱਡਿਆਂ ਦਾ ਬੜਾ ਸਹਿਯੋਗ ਰਿਹਾ। ਅੱਜ ਕਿਵੇਂ ਖੁਸ਼ੀ ਮਹਿਸੂਸ ਕਰਦੇ ਹੋ ਲੋਕਾਂ ਨੇ ਤੁਹਾਨੂੰ ਦੁਬਾਰਾ ਨੁਮਾਇੰਦਾ ਚੁਣਿਆ? ਮੈਨੂੰ ਪਿੰਡ 'ਤੇ ਬਹੁਤ ਮਾਣ ਆ, ਮੇਰੇ ਸਾਰੇ ਭੈਣ ਭਰਾ ਮਾਵਾਂ ਭੈਣਾਂ ਦੇ ਸਹਿਯੋਗ ਨਾਲ ਮੈਨੂੰ ਸਹਿਮਤੀ ਨਾਲ ਸਰਪੰਚ ਚੁਣਿਆ, ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ। ਕਿਵੇਂ ਦੇਖਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਸਰਪੰਚ ਜੀ ਸਾਡੇ ਲਈ ਪਾਰਕ ਬਣਵਾਉਂਦਾ, ਗਰਾਊਂਡ ਬਣਾਇਆ ਉਹਨੇ, ਬੂਟੇ ਲਵਾਏ, ਹੋਰ ਕਈ ਕੰਮ ਕੀਤਾ ਜੀ, ਸਾਨੂੰ ਜਰਸੀ ਦਿੰਦਾ ਜੀ, ਹੋਰ ਕਈ ਸਮਾਨ ਦਿੰਦਾ, ਅਤੇ ਸਾਡੇ ਲਈ ਸਾਨੂੰ ਹੌਸਲਾ ਦਿੰਦਾ, ਸਾਨੂੰ ਖੇਡਣ ਦੀ, ਅਸੀਂ ਬਾਹਰ ਵੀ ਖੇਡਣ ਜਾਂਦੇ ਹਾਂ ਜੀ। ਕੀ ਖੁਰਾਕ ਤੁਹਾਨੂੰ ਮੌਜੂਦਾ ਸਰਪੰਚ ਦਿੰਦਾ? ਕਈ ਵਾਰ ਮਿਲਕ ਬਦਾਮ ਦੇ ਦਿੰਦੇ ਆ ਜੀ, ਦੁੱਧ ਦੇ ਦਿੰਦੇ ਆ, ਕੇਲੇ ਜੀ, ਹੋਰ ਕਈ ਚੀਜ਼ਾਂ ਦਿੰਦੇ ਜੀ। ਕੀ ਆਸ ਕਰਦੇ ਹੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਸਰਪੰਚ ਰਹਿਣਾ ਚਾਹੀਦਾ? ਅੱਗੇ ਆਉਣ ਵਾਲੇ ਸਮੇਂ 'ਚ ਇਹੀ ਸਰਪੰਚ ਹੋਣਾ ਚਾਹੀਦਾ, ਅਸੀਂ ਇਹੀ ਆਸ ਕਰਦੇ। ਜਿਹੜੀ ਅੱਜ ਇਹਨਾਂ ਨੇ ਪਾਰਟੀ ਰੱਖੀ ਹੋਈ ਹੈ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਪਾਰਟੀ ਬਾਰੇ ਤਾਂ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਜੀ, ਬਹੁਤ ਵਧੀਆ ਕੀਤਾ ਜੀ ਜਵਾਕਾਂ ਨੂੰ ਜੀ, ਸਾਡਾ ਬਾਕੀ ਪਿੰਡ ਦੇ ਬੰਦਿਆਂ ਨੂੰ ਪਾਰਟੀ ਦਿੱਤੀ ਵੀ ਸਰਪੰਚ ਦੀ ਖੁਸ਼ੀ 'ਚ ਜੀ। ਹਾਂਜੀ, ਕੀ ਨਾਮ ਹੈ ਜੀ? ਨਵਾਬ ਖਾਨ ਨਾਮ ਹੈ ਜੀ। ਨਵਾਬ ਖਾਨ ਜੀ, ਕਿਵੇਂ ਦੇਖਦੇ ਹੋ ਅੱਜ ਜਿਹੜਾ ਇਹ ਤੁਸੀਂ ਪ੍ਰੋਗਰਾਮ ਕਰਵਾ ਰਹੇ ਹੋ? ਇਹ ਪ੍ਰੋਗਰਾਮ ਜੀ ਜੋ ਸਾਡੇ ਗੁਰਪ੍ਰੀਤ ਸਿੰਘ ਸਰਪੰਚ ਸਰਬਸੰਮਤੀ ਨਾਲ ਬਣੇ ਨੇ, ਇਹਨਾਂ ਨੇ ਕੁਛ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਸ੍ਰੀ ਅਖੰਡਪਾਠ ਸਾਹਿਬ ਦਾ ਭੋਗ ਪਵਾ ਕੇ ਸਾਰੇ ਪਿੰਡ ਦਾ ਸ਼ੁਕਰਾਨਾ ਕਰਿਆ ਸੀ। ਸੋ ਅੱਜ ਜਿਹੜੇ ਨੌਜਵਾਨ ਇਹਨਾਂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਸਾਰਿਆਂ ਨੂੰ ਖੁਸ਼ੀ ਮਨਾਉਣ ਦਾ ਥੋੜ੍ਹਾ ਜਿਹਾ ਟਾਈਮ ਦਿੱਤਾ, ਤਾਂ ਕਿ ਸਾਰੇ ਭੈਣ ਭਾਈ ਇੱਥੇ ਇਕੱਠੇ ਹੋ ਕੇ ਜਸ਼ਨ ਮਨਾਉਣ ਜਾਂ ਨੱਚਣ ਟੱਪਣ ਦਾ ਪ੍ਰੋਗਰਾਮ ਰੱਖਿਆ ਹੋਇਆ। ਬਹੁਤ ਵਧੀਆ ਗੱਲ ਹੈ ਕਿ ਸਾਰੇ ਪਿੰਡ ਦੇ ਨੌਜਵਾਨ ਇਹਨਾਂ ਦੇ ਨਾਲ ਨੇ, ਔਰ ਪਿੰਡ ਦੇ ਵਿਕਾਸ ਵੱਲ ਬਹੁਤ ਹੀ ਜਲਦੀ ਤਰੱਕੀ ਕਰ ਰਿਹਾ ਸਾਡਾ ਪਿੰਡ। ਪਿਛਲੇ 5 ਸਾਲਾਂ 'ਚ ਵੀ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ, ਮੂਹਰੇ ਵੀ ਉਮੀਦ ਕਰਦੇ ਹਾਂ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਕੰਮ ਕਰਨਗੇ। ਪੜ੍ਹੇ ਲਿਖੇ ਮੁੰਡੇ ਨੇ ਸਾਰੇ ਹੀ, ਨੌਜਵਾਨ ਮੁੰਡੇ ਇਹਨਾਂ ਦਾ ਸਾਥ ਦੇ ਰਹੇ ਨੇ ਬਹੁਤ ਵਧੀਆ ਤਰੀਕੇ ਨਾਲ। ਸੋ ਇਹੀ ਬੇਨਤੀ ਹੈ ਜੀ ਕਿ ਸਾਡੇ ਪਿੰਡ ਬੰਨੀ ਸਰਕਾਰਾਂ ਵੀ ਕੁਛ ਧਿਆਨ ਦੇਣ, ਬਾਕੀ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਮੁੰਡੇ ਨੇ, ਸਾਡੇ ਸਰਪੰਚ ਸਾਹਿਬ ਨੇ ਗੁਰਪ੍ਰੀਤ ਸਿੰਘ ਗੁਰੀ ਜੀ ਬਹੁਤ ਹੀ ਪਹੁੰਚੇ ਹੋਏ ਨੇ। ਸੋ ਇੰਨਾ ਹੀ ਕਹਿੰਦੇ ਹੋਏ। ਜਿਵੇਂ ਕਿ ਨਵਾਬ ਜੀ, ਜਿਵੇਂ ਕਿ ਦੇਖਿਆ ਜਾਂਦਾ ਹੈ ਕਈ ਪਿੰਡਾਂ ਦੇ ਵਿੱਚ ਨਸ਼ੇ ਦੀ ਤਗਾਦ ਨੌਜਵਾਨਾਂ ਵੱਲ ਵੱਧਦੀ ਹੈ, ਪਰ ਤੁਹਾਡੇ ਪਿੰਡ ਦੇ ਵਿੱਚ ਕੁਛ ਅਜੀਬ ਦੇਖਣ ਨੂੰ ਮਿਲਿਆ? ਸਾਡੇ ਪਿੰਡ ਦੇ ਵਿੱਚ ਦੇਖੋ ਜੀ, ਸਰਪੰਚ ਸਾਹਿਬ ਦਾ ਇੰਨਾ ਕੁ ਦਬਦਬਾ ਕਿ ਨਸ਼ੇ ਵਾਲਾ, ਖਾਣਾ ਪੀਣਾ ਦਾ ਅਲੱਗ, ਵੇਚਣ ਵਾਲਾ ਵੀ ਇੱਥੇ ਵੜ ਨਹੀਂ ਸਕਦਾ, ਕਿਉਂਕਿ
इन्होंने ये चीज़ों तो पहले ही सारे पिंड को दूर रखे है। अगर कोई माड़ी मोटी यही जी हरकत करता भी है ये फौरन उसके घर जाके उन्हां नाल गलबात करते हैं, बाकी उन्होंने दसते हैं भी भाई इस बाद फिर थाने के जाया जाऊगा तेरा कुछ भी हो सकता है, जेल भी हो सकती है, भी इतू बेहतर है कि तू चीज़ों को परे हट जा। इस करके सारे पिंड के नौजवान इन्हों का साथ देंगे। अगर पिंड के किसी नौजवान को भी पता लगता है कि फलाना बंदा नशा करूगा या बेचूगा तो पहला गुरप्रीत सिंह गुरी को पूरी रिपोर्ट आ जाती है। इस करके इस टाइम एकदम एक्शन हो जाता है, साडा पिंड बहुत दूर है जी नशा। इन्हों के परिवार को क्यों लोग ज़्यादा पसंद करते हैं? इन्हों का जो परिवार है जी गुरसिख परिवार है, इन्हों का सारा परिवार गुरसिख है। शुरू तो ही इन्होंने पिंड की सेवा बनी ध्यान किया होया, इन्होंने कभी अपने बारे नहीं सोचा, पिंड बारे पहला सोचा। इस करके इन्हों पांच साल पहला दिते, दोबारा पांच साल मिले जिदन का मुंडा जवान होया या सरपंची की लाइन के बीच पे है। मैं कहना सारा पिंड इन्हों बहुत ही प्यार सत्कार दे रहा। एक किन्नी किस नौजवान मुंडे की जी गुरप्रीत सिंह गुरी है इन्हों की उम्र किन्नी है? ये उम्र जी 32-33 साल की उम्र है। इन्होंने समझ लो 25-26 साल के पहला सरपंची के पैर रखा सी, सो अज तक इन्हों की सरपंची चली आ रही है। बहुत जाने कि हर एक बंदे का दुख सुख किसी के पिंड की कुड़ी का विआह है या कोई होर कोई गरीब गुरबा है, इन्होंने कदे बेझिझक उन्हों की मदद करी है। दिल तो मदद करी है, नहीं कि बस लोगों को कहने दियां गल्लां नहीं, भी दिल तो मदद करके इन्होंने हर एक गरीब गुरबे का बहुत बड़ा साथ दिता है। Coaching point in IELTS and spoken English. Also expert in study and visitor visa. Government approved. SS Group. Session Chowk, Hoshiarpur.